ਗੁੱਡ ਈਵਨਿੰਗ ਸਸ਼ੀਕਾਲ ਜੀ ਬਹੁਤ ਬਹੁਤ ਸਵਾਗਤ ਹੈ ਸਾਰੇ ਹੀ ਸਟੂਡੈਂਟਸ ਦਾ ਐਰਿਡਿਸ਼ਨ ਸਟੱਡੀਜ਼ ਦੇ ਅਫੀਸ਼ੀਅਲ ਚੈਨਲ ਤੇ ਮੈਂ ਹਾਂ ਸ਼ੈਰਨ ਤੇ ਤੁਸੀਂ ਦੇਖ ਰਹੇ ਹੋ ਜੀ ਸਾਡੀ 8 ਵਜੇ ਦੀ ਲਾਈਵ ਕਲਾਸ ਜਿਸ ਦੇ ਵਿੱਚ ਅਸੀਂ ਪੰਜਾਬੀ ਦੇ ਪੇਪਰ ਦੀ ਤਿਆਰੀ ਕਰ ਰਹੇ ਹਾਂ ਇਹ ਵਾਲੇ ਸੈਸ਼ਨ ਹਰ ਉਸ ਐਗਜ਼ਾਮ ਦੇ ਲਈ ਇੰਪੋਰਟੈਂਟ ਹੈਗੇ ਆ ਜਿਸ ਦੇ ਵਿੱਚ ਕੀ ਪੰਜਾਬੀ ਇੱਕ 파ਰਟ ਹੁੰਦਾ ਹੈ ਓਕੇ ਚਾਹੇ ਤੁਸੀਂ ਯੂਜੀਸੀ ਦੀ ਤਿਆਰੀ ਕਰ ਰਹੇ ਹੋ ਮਾਸਟਰ ਕੇਡਰ ਦੀ ਤਿਆਰੀ ਕਰ ਰਹੇ ਹੋ ਹਰਿਆਣਾ ਰਾਜਸਥਾਨ ਦੇ ਟੀਚਿੰਗ ਐਗਜ਼ਾਮ ਦੀ ਤਿਆਰੀ ਕਰ ਰਹੇ ਹੋ आई I मीन mean, किसे भी एदाने एग्जाम दी तैयारी ਕਰ ਰਹੇ ਹੋ ਸਾਰੇ ਹੀ एग्जामਜ਼ ਦੇ ਲਈ ਦਿਸ ਸੈਸ਼ਨ ਇਜ਼ ਵੈਰੀ ਮੱਚ ਇੰਪੋਰਟੈਂਟ ਮੈਂ ਇੱਕ ਵਾਰੀ ਫਿਰ ਦੱਸ ਦਿਆਂ ਡੇਲੀ ਕਲਾਸ ਹੁੰਦੀ ਹੈ 8 ਵਜੇ ਮੰਡੇ ਤੋਂ ਲੈ ਕੇ ਸੈਟਰਡੇ ਤੱਕ ਸੰਡੇ ਨੂੰ ਸਾਡੀ ਕਲਾਸ ਆਫ ਰਹਿੰਦੀ ਹੈ ਅਸੀਂ ਇੱਕ ਕਲਾਸ ਦੇ ਵਿੱਚ 15 ਕੁਐਸਚਨਸ ਨੂੰ ਡਿਸਕਸ ਕਰਦੇ ਹਾਂ ਜੋ ਕਿ ਐਮਸੀਕਿਊ ਫਾਰਮੈਟ ਦੇ ਵਿੱਚ ਹੁੰਦੇ ਆ ਔਰ ਹਰ ਇੱਕ ਕੁਐਸਚਨ ਦੇ ਨਾਲ ਰਿਲੇਟ ਕਰਕੇ ਐਕਸਟਰਾ ਫੈਕਟਸ ਨੂੰ ਵੀ ਡਿਸਕਸ ਕਰ ਲੈਂਦਾ ਆ ਤੇ ਇਸ ਤਰ੍ਹਾਂ ਫਿਰ ਸਾਡੇ 1 ਦਿਨ ਦੇ ਵਿੱਚ 40 ਤੋਂ 50 ਕੁਐਸਚਨਸ ਹੋ ਜਾਂਦੇ ਆ ਜੀ ਕਵਰ ਅਗਰ ਤੁਸੀਂ ਅੱਜ ਕੱਲ ਜੋ ਅਸੀਂ ਸੈਸ਼ਨ ਸਟਾਰਟ ਕੀਤੇ ਹੋਏ ਐ ਐਨਾ ਸਾਰੇ ਹੀ ਵਿਦਵਾਨਾਂ ਦੀ ਸਾਹਿਤਕਾਰਾਂ ਦੀ ਮੁੱਢਲੀ ਜਾਣਕਾਰੀ ਲੈਣੀ ਹੈ ਤਾਂ ਤੁਸੀਂ ਐਰਿਡਿਸ਼ਨ ਸਟੱਡੀਜ਼ ਦੇ ਵਿੱਚ ਹੀ ਪਲੇਲਿਸਟ ਵਾਲੇ ਕਾਲਮ 'ਚ ਚਲੇ ਜਾਣਾ ਉੱਥੇ ਤੁਹਾਨੂੰ ਆਧੁਨਿਕ ਕਾਵ ਸੂਫੀ ਕਾਵ ਗੁਰਮਤ ਕਾਵ ਇਸ ਤਰ੍ਹਾਂ ਸਾਰੀਆਂ ਪਲੇਲਿਸਟ ਮਿਲ ਜਾਣਗੀਆਂ ਉਹਨਾਂ ਦੇ ਵਿੱਚੋਂ ਦੀ ਤੁਸੀਂ ਡਿਟੇਲ ਵੀ ਜਾ ਕੇ ਕਰ ਸਕਦੇ ਹੋ ਓਕੇ ਤਾਂ ਫਿਰ ਅੱਜ ਬਿਨਾਂ ਦੇਰ ਕੀਤੇ ਸ਼ੁਰੂ ਕਰਦੇ ਆਂ ਸੈਸ਼ਨ ਨੂੰ ਕੱਲ ਵੀ ਅਸੀਂ ਜਸਵੰਤ ਸਿੰਘ ਨੇਕੀ ਕੀਤੇ ਸੀ ਜਿਸ ਦੇ ਵਿੱਚ ਅਨਾਂ ਦਾ ਅਸੀਂ ਪਹਿਲਾ ਦਿਨ ਕੀਤਾ ਅੱਜ ਜਦੋਂ ਅਸੀਂ ਦੂਸਰਾ ਦਿਨ ਕਰ ਰਿਹਾ ਤਾਂ ਇਸ ਦੇ ਵਿੱਚ ਜ਼ਿਆਦਾ ਮੈਂ ਕਿਸ ਤਰ੍ਹਾਂ ਦੇ ਕੁਐਸਚਨ ਨੂੰ ਇਨਵੋਲਵ ਕੀਤਾ ਆ ਇਸ ਦੇ ਵਿੱਚ ਮੈਂ ਲਿਆਂਦੇ ਆਂ ਸਾਲਾਂ ਵਾਲੇ ਕੁਐਸਚਨਸ ਠੀਕ ਹੈ ਯਾਨੀ ਜਿਸ ਦੇ ਵਿੱਚ ਤੁਹਾਡੇ ਕੋਲ ਈਅਰਸ ਪੁੱਛੇ ਜਾਣੇ ਆ ਤਾਂ ਧਿਆਨ ਦੇ ਨਾਲ ਕਰਨਾ ਫਿਰ ਤੁਸੀਂ ਜਸਵੰਤ ਸਿੰਘ ਨੇਕੀ ਦਾ ਦਿਨ ਦੂਜਾ ਅਸੀਂ ਸਟਾਰਟ ਕਰਦੇ ਆਂ ਪਹਿਲਾ ਕੁਐਸਚਨ ਤੁਹਾਡੇ ਸਾਹਮਣੇ ਹੈ ਅਸਲੇ ਤੇ ਓਲੇ ਦਾ ਸਾਲ ਦੱਸਣਾ ਹੈ 1975 1965 1955 1945 ਦੇਖੋ ਕਿਉਂਕਿ ਇਹ ਸਿਰਫ ਸਾਲਾ ਵਾਲੇ ਕੁਐਸਚਨਸ ਹੋਣਗੇ ਇਸ ਲਈ ਇਹਨਾਂ ਦੇ ਵਿੱਚ ਅਸੀਂ ਐਕਸਟਰਾ ਫੈਕਟ ਜ਼ਿਆਦਾ ਨਹੀਂ ਕਰਨੀ ਡਿਟੇਲ ਜ਼ਿਆਦਾ ਨਹੀਂ ਕਰਨੀ ਜਿਵੇਂ ਕਿ ਕੱਲ ਅਸੀਂ ਕੀਤੇ ਸੀ ਤਾਂ ਫੈਕਟਸ ਵਾਲਾ ਸੈਸ਼ਨ ਸੀਗਾ ਅਸਲੇ ਤੇ ਓਲੇ ਦੇ ਬਾਰੇ ਵਿੱਚ ਅਸੀਂ ਕੱਲ ਕਾਫੀ ਜ਼ਿਆਦਾ ਡਿਟੇਲ ਦੇ ਵਿੱਚ ਆਲਰੇਡੀ ਡਿਸਕਸ ਕਰ ਚੁੱਕੇ ਹਾਂ ਓਕੇ ਤਾਂ ਫਿਰ ਪਹਿਲੇ ਕੁਐਸਚਨ ਦਾ ਆਨਸਰ ਕਰ ਦਿਓ ਜੀ असले ते ओले दा साल की है असले दे ओले सॉरी दे हाँ जी इस द साल दसो की होगा शाबाश मैंने थोड़े तो ना मैसेजेस नहीं दिख रहे एक सेकेंड लिए रुकना प्लीज़ ਮੈਨੂੰ ਪਲੀਜ਼ 1 ਮਿੰਟ ਦਾ ਟਾਈਮ ਦਿਓ ਸਿਰਫ 1 ਮਿੰਟ हां जी सॉरी लंबा एक्चुअली हो गया होल्ड इस बार है ना चलो ठीक है जी पहले ਦਾ ਅਨਸਰ ਤੁਸੀਂ ਸੀ ਲਗਾ ਰਹੇ ਹੋ ਮਤਲਬ 1955 ਰਾਈਟ ਬਿਲਕੁਲ ਠੀਕ ਹੈਗਾ ਅਸਲੇ ਤੇ ਓਲੇ ਬਾਰੇ ਅਗਰ ਤੁਹਾਨੂੰ ਆਪਣਾ ਕੱਲ ਦਾ ਲੈਕਚਰ ਯਾਦ ਹੈਗਾ ਤਾਂ ਤੁਹਾਨੂੰ ਫਿਰ ਕੁਝ ਇੱਕ ਫੈਕਟਸ ਵੀ ਯਾਦ ਹੋਣਗੇ ਜਿਹੜੇ ਅਸੀਂ ਕੱਲ ਕੀਤੇ ਸੀ ਕਿਹੜੇ-ਕਿਹੜੇ ਪਹਿਲੀ ਗੱਲ ਇਹ ਐਨਾਂ ਦਾ ਪਹਿਲਾ ਕਾਗਵ ਸੰਗ੍ਰਹਿ ਹੈਗਾ ਦੂਸਰੀ ਗੱਲ ਇਸ ਦੇ ਵਿੱਚ ਕਿਉਂਕਿ ਇਹਦਾ ਸਾਲ 1955 ਹੈ ਤਾਂ 1955 ਤੋਂ ਪਹਿਲਾਂ ਜਿਹੜੀਆਂ ਇਹਨਾਂ ਨੇ ਕਵਿਤਾਵਾਂ ਲਿਖੀਆਂ ਸੀ ਉਹਨਾਂ ਨੂੰ ਸ਼ਾਮਿਲ ਕੀਤਾ ਗਿਆ ਸੀ ਅਸਲੇ ਤੇ ਓਲੇ ਦੇ ਵਿੱਚ ਓਕੇ ਨਾਲ ਦੇ ਨਾਲ ਇਸ ਕਾਵ ਸੰਗ੍ਰਹਿ ਦੀ ਖਾਸੀਅਤ ਹੈ ਕਿ ਇਸ ਦੇ ਵਿੱਚ ਨੇਕੀ ਦੀ ਸਵੈ ਅਭਿਵਿਅਕਤੀ ਵੀ ਚਲਕਦੀ ਹੈ ਠੀਕ ਹੈ ਯਾਨੀ ਕਿ ਮਨੁੱਖ ਦੇ ਮੂਲ ਦੇ ਸਬੰਧੀ ਵੀ ਉਹਨਾਂ ਨੇ ਇਸ ਦੇ ਵਿੱਚ ਜਿਹੜੇ ਪਾਰਟਸ ਹੈਗੇ ਨੇ ਕੁਐਸਚਨਸ ਹੈਗੇ ਆ ਉਹਨਾਂ ਨੂੰ ਰੱਖਿਆ ਓਕੇ ਦੂਸਰਾ ਹੈ ਕਰੁਣਾ ਦੀ ਛੋ ਤੋਂ ਮਗਰੋਂ ਨੂੰ ਕਿੰਨੇ ਭਾਗਾਂ ਦੇ ਵਿੱਚ ਛਾਪਿਆ ਗਿਆ 2 3 4 ਜਾਂ ਫਿਰ 5 ਕੀ ਆਨਸਰ ਹੋਏਗਾ ਜੀ ਦੂਸਰੇ ਪ੍ਰਸ਼ਨ ਦੇ ਲਈ ਹਾਂਜੀ ਪਲੀਜ਼ ਹਾਂਜੀ ਬਿਲਕੁਲ ਵੈਰੀ ਗੁੱਡ ਉਹਦੇ ਚਾਰ ਭਾਗ ਸੀ ਹਨ ਅਸਲੇ ਤੇ ਓਲੇ ਦੇ ਬਿਲਕੁਲ ਸਹੀ ਹੈ ਆਜ਼ਾਦ ਜੀ ਕਰਮ ਜੀ ਐਬਸੋਲੂਟਲੀ ਰਾਈਟ ਹੁਣ ਤੁਸੀਂ করুণਾ ਦੀ ਛੋਹ ਤੋਂ ਮਗਰੋਂ ਦਾ ਦੱਸਣਾ ਹੈ ਇਹਨੂੰ ਕਿੰਨੇ ਭਾਗਾਂ ਦੇ ਵਿੱਚ ਛਾਪਿਆ ਗਿਆ ਸੀਗਾ ਵੈਰੀ ਗੁੱਡ ਡੀ ਹੈ ਨਾ ਯਾਨੀ ਕਿ ਇਸ ਨੂੰ ਪੰਜ ਭਾਗਾਂ ਦੇ ਵਿੱਚ ਛਾਪਿਆ ਗਿਆ ਹੈ ਤੁਹਾਨੂੰ ਇੱਥੇ ਇਸ ਦਾ ਸਾਲ ਵੀ ਪਤਾ ਹੋਣਾ ਚਾਹੀਦਾ ਹੈ ਤਾਂ ਕਰੁਨਾ ਦੀ ਛੋ ਤੋਂ ਮਗਰੋ ਦਾ ਸਾਲ ਹੋ ਜਾਏਗਾ 1977 ਜਦੋਂ ਤੁਸੀਂ ਅਸਲੇ ਦੇ ਓਲੇ ਕੀਤਾ ਉਸ ਦੇ ਵਿੱਚ ਦੋ ਵਾਰੀ ਪੰਜ ਆਇਆ 1955 ਹੈ ਨਾ ਉੱਥੇ ਹੀ ਜਦੋਂ ਤੁਸੀਂ ਕਰੁਨਾ ਦੀ ਛੋ ਤੋਂ ਮਗਰੋ ਕਰੋਗੇ ਤਾਂ ਇਸ ਦੇ ਵਿੱਚ ਦੋ ਵਾਰ 7 ਆਏਗਾ ਯਾਨੀ ਕਿ 1977 ਠੀਕ ਹੈ ਅਗੇ ਤੀਸਰਾ ਪ੍ਰਸ਼ਨ ਬਿਰਖੇ ਹੇਠ ਸਭ ਜੰਤ ਦਾ ਸਾਲ ਦੱਸੋ 1983 1984 1985 ਜਾਂ ਫਿਰ 1999 ਤੀਸਰੇ ਪ੍ਰਸ਼ਨ ਦੇ ਲਈ ਆਨਸਰ ਕਰਗੋ ਬਿਰਖੇ ਹੇਠ ਜੰਤ ਹਾਂਜੀ ਸ਼ਾਬਾਸ਼ ਜੀ 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 ਤੀਸਰੇ ਪ੍ਰਸ਼ਨ ਦੇ ਲਈ ਕੀ ਆਨਸਰ ਆ ਰਿਹਾ ਹਾਂਜੀ ਇਹਦਾ ਸਾਲ ਏ ਬੋਲ ਰਹੇ ਹੋ ਤਾਂ ਇਸ ਦਾ ਜੋ ਬਿਰਖਾ ਹੇਟ ਸਭ ਜੰਤ ਦਾ ਸਾਲ ਹੈ ਅਰੇ ਹਾਂ ਬਿਲਕੁਲ ਬਿਲਕੁਲ ਏ ਆਏਗਾ 1983 ਠੀਕ ਹੈ ਬਿਲਕੁਲ ਸਹੀ ਹੈ 1983 ਸਾਲ ਹੋਏਗਾ ਬਿਰਖੇ ਹੇਟਸ ਦਾ ਬਜੰਤ ਦਾ ਪਰ ਤੁਸੀਂ ਇੱਕ ਚੀਜ਼ ਨਾਲ ਹੀ ਯਾਦ ਰੱਖ ਲਿਓ ਜਿਹੜਾ ਮੈਂ ਇੱਥੇ ਆਨਸਰ ਪਾਇਆ ਹੈ ਇਹਦਾ ਕੋਈ ਰੀਜ਼ਨ ਸੀ ਕਿਉਂ ਕਿਸੇ ਕਿਸੇ ਥਾਂ ਦੇ ਉੱਪਰ ਤੁਹਾਨੂੰ ਐਂਦਾ ਸਾਲ ਰੀਅਲੀ 1999 ਲਿਖਿਆ 20 ਮਿਲੇਗਾ ਓਕੇ ਤਾਂ ਤੁਹਾਡੇ ਮਾਈਂਡ ਦੇ ਵਿੱਚ ਇੱਕ ਵਾਰੀ ਤੁਸੀਂ ਦੋਨੋਂ ਹੀ ਰੱਖ ਲੈਣਾ ਰਾਈਟ ਇਸ ਤੋਂ ਬਿਨਾਂ ਅਸੀਂ ਗੱਲ ਕਰਦੇ ਹਾਂ 1983 ਦੀ ਤਾਂ ਕਈ ਜਗ੍ਹਾ ਤੇ 1983 ਕਈ ਜਗ੍ਹਾ ਤੇ 1984 ਇਹ ਤੁਹਾਨੂੰ ਮਿਲੇਗਾ ਨਾ ਇਹ ਗੀਤ ਦਾ ਬਿਰਹਾੜਾ ਠੀਕ ਹੈ ਐਦਾ ਸਾਲ ਹੋ ਗਿਆ 1985 ਦੇ ਵਿੱਚ ਕੋਈ ਰਚਨਾ ਨਹੀਂ ਹੈਗੀ ਦੈਨ 1984 ਇਹ ਮੈਂ ਤੁਹਾਨੂੰ ਦੱਸ ਹੀ ਦਿੱਤਾ ਕਿ ਜਿਹੜਾ ਤੁਹਾਨੂੰ ਇਹ ਗੀਤ ਦਾ ਬਿਰਹਾ ਮਿਲੇਗਾ 83 ਤੇ 84 ਦੋ ਸਾਲਾਂ ਦੇ ਵਿੱਚ ਮਿਲਣਾ ਆ ਓਕੇ ਹਾਂਜੀ ਬਿਲਕੁਲ ਤਾਂ ਉੱਥੇ ਤੁਸੀਂ ਯਾਦ ਰੱਖਣਾ ਜੀ 1983 ਆਏਗਾ 83 ਲਗਾਣਾ 99 ਆਏਗਾ 99 ਲਗਾਣਾ ਮਤਲਬ ਕਿ 100% ਤੁਸੀਂ ਸ਼ੋਰ ਨਹੀਂ ਕਹਿ ਸਕਦੇ ਕਿ 1983 ਹੀ ਆਏਗਾ ਔਰ ਉਹ ਹੀ ਠੀਕ ਹੋਊਗਾ ਓਕੇ ਦੋਨੋਂ ਸਾਲ ਤੁਹਾਨੂੰ ਯਾਦ ਰੱਖਣੇ ਪੈਣਗੇ ਬਿਰਖਾ ਹੇਟ ਸਭ ਜੰਤ ਦੇ ਲਈ ਓਕੇ ਚੌਥਾ ਪ੍ਰਸ਼ਨ ਹੈ ਪਾਣੀ ਦੇ ਪਤਾਸੇ ਕੀ ਹੈ ਸਵੈ ਜੀਵਨੀ ਬਾਲਕਾਵ ਕਿਸੇ ਜਾਂ ਫਿਰ ਕਹਾਣੀਆਂ ਚੌਥੇ ਪ੍ਰਸ਼ਨ ਦੇ ਲਈ ਉੱਤਰ ਕਰੋ ਪਲੀਜ਼ ਪਾਣੀ ਦੇ ਪਤਾਸੇ ਕੀ ਹੈ ਹਾਂਜੀ ਗੁੱਡ ਫੋਰਥ ਦਾ ਆਨਸਰ ਕੀ ਆ ਰਿਹਾ ਜੀ ਪਲੀਜ਼ ਕੁਐਸਚਨ ਨੰਬਰ ਜ਼ਰੂਰ ਲਿਖਦੇ ਜਾਓ ਔਰ ਥੋੜਾ ਜਿਹਾ ਅਟੈਂਟਿਵ ਹੋ ਕੇ ਬੈਠਾ ਕਰੋ ਠੀਕ ਹੈ ਚੌਥੇ ਦਾ ਆਨਸਰ ਬੀ ਆ ਰਿਹਾ ਬਿਲਕੁਲ ਠੀਕ ਹੈ ਜੀ ਬਾਲਕਾਬ ਇਹ ਤੁਹਾਨੂੰ ਯਾਦ ਹੋਏਗਾ ਜਦੋਂ ਮੈਂ ਤੁਹਾਨੂੰ ਪਹਿਲਾਂ ਜਸਵੰਤ ਸਿੰਘ ਨੇ ਕੀ ਕਰਵਾਇਆ ਸੀ ਹੈਨਾ ਉਦੋਂ ਮੈਂ ਤੁਹਾਨੂੰ ਇਹਦੇ ਬਾਰੇ ਟ੍ਰਿਕੀ ਦੱਸੀ ਸੀਗੀ ਕਿ ਜਿਹੜੇ ਬਾਲ ਹੁੰਦੇ ਆ ਮਤਲਬ ਜਿਹੜੇ ਬੱਚੇ ਹੁੰਦੇ ਆ ਉਹਨਾਂ ਨੂੰ ਪਤਾਸੇ ਬਹੁਤ ਪਸੰਦ ਹੁੰਦੇ ਆ ਹੈਨਾ ਮਿੱਠੇ ਹੁੰਦੇ ਆ ਮਿੱਠਾ ਵੈਸੇ ਹੀ ਬੱਚਾ ਨੂੰ ਬੜਾ ਚੰਗਾ ਲੱਗਦਾ ਹੈ ਪਤਾਸੇ ਪਤਾਸੇ ਤੋਂ ਹੀ ਵਾਲ ਕਾਬ ਦੇ ਨਾਲ ਜੋੜ ਲੈਣਾ ਹੈ ਮਤਲਬ ਕਿ ਜਸਵੰਤ ਸਿੰਘ ਨੇਕੀ ਇੱਕ ਇੱਕ ਨੇਕ ਬੰਦਾ ਕੰਮ ਕਰਦਾ ਹੈ ਕਿ ਉਹ ਵਾਲਾਂ ਨੂੰ ਕੀ ਲਾ ਕੇ ਦਿੰਦਾ ਹੈ ਜੀ ਪਤਾਸੇ ਲਿਆ ਕੇ ਦਿੰਦਾ ਹੈ ਓਕੇ ਤਾਂ ਐਦਾਂ ਸਾਨੂੰ ਯਾਦ ਹੋ ਜਾਏਗਾ ਕਿ ਨੇਕੀ ਦੀ ਰਚਨਾ ਹੈ ਫਿਰ ਯਾਦ ਹੋ ਜਾਏਗਾ ਪਾਣੀ ਤੇ ਪਤਾਸੇ ਰਚਨਾ ਦਾ ਨਾਮ ਹੈ ਫਿਰ ਯਾਦ ਹੋ ਜਾਏਗਾ ਕਿ ਇਹ ਹੈ ਵਾਲ ਕਾਬ ਹੈ ਠੀਕ ਹੈ ਤਾਂ ਇਹ ਕਿਹੜਾ ਹੋ ਗਿਆ ਪਾਣੀ ਦੇ ਪਤਾਸੇ ਅੱਗੇ ਚੱਲਦੇ ਆ ਪੰਜਵਾਂ ਪ੍ਰਸ਼ਨ ਜਸਵੰਤ ਸਿੰਘ ਨੇਕੀ ਦੀ ਸਵੈ ਜੀਵਨੀ ਦੱਸੋ ਸੁਗੰਧ ਆਬ ਨੂੰਸਦੀ ਕੋਈ ਨਾਉ ਨਾ ਜਾਣੇ ਮੇਰਾ ਸਿਮਰਤੀ ਦੀ ਕਿਰਨ ਤੋਂ ਪਹਿਲਾਂ ਸਦਾ ਵਿਗਾਸ ਹਾਂਜੀ ਪੰਜਵੇਂ ਪ੍ਰਸ਼ਨ ਦੇ ਲਈ ਕੀ ਉੱਤਰ ਹੋਏਗਾ ਜਸਵੰਤ ਸਿੰਘ ਨੇ ਕੀ ਦੀ ਸਵੈ ਜੀਵਨੀ ਓ ਮਾਈ ਗੋਡ ਹਾਂਜੀ ਜੀ ਸੱਸੀ ਕਾਲ ਜੀ ਸਾਰਿਆਂ ਨੂੰ ਇੱਕ ਵਾਰ ਫੇਰ ਤੋਂ ਚਲੋ ਪੰਜਵੇਂ ਦਾ ਬੀ ਆਂਸਰ ਆ ਰਿਹਾ ਹੈ ਬਿਲਕੁਲ ਠੀਕ ਹੈ ਇਹ ਹੈਗੀ ਹੈ ਜੀ ਕੋਈ ਨਾਉ ਨਾ ਜਾਣੇ ਮੇਰਾ ਓਕੇ ਸਾਲ ਪੁੱਛਿਆ ਜਾਏਗਾ ਤਾਂ ਇਹ ਹੋ ਜੂਗਾ ਜੀ 2000 ਓਕੇ ਤੇ ਤੁਹਾਨੂੰ ਪਤਾ ਹੋਊਗਾ ਕਿ ਜਦੋਂ ਅਸੀਂ ਨੇਕੀ ਪੜ੍ਹਦੇ ਆ ਨਾ ਤੇ ਉਹਦੇ ਵਿੱਚ ਦੋ ਸਵੈ ਜੀਵਨੀਆਂ ਹੈਗੀਆਂ ਆ ਜਿਹੜੀਆਂ ਇਹਨਾਂ ਦੀ ਮੰਨੀਆਂ ਜਾਂਦੀਆਂ ਮੈਂ ਇੱਥੇ ਦੱਸਣਾ ਸੀ ਪਰ ਅੱਗੇ ਪ੍ਰਸ਼ਨ ਕਿਉਂਕਿ ਮੈਂ ਪਾਇਆ ਹੋਇਆ ਇਸ ਲਈ ਆਪਾਂ ਉੱਥੇ ਜਾ ਕੇ ਗੱਲ ਕਰਾਂਗੇ ਠੀਕ ਹੈ ਤਦ ਤੱਕ ਛੇਵਾਂ ਦੇਖ ਲੈਂਦੇ ਆ ਪਿਲਗ੍ਰੀਮੇਜ ਟੂ ਹਿਮਕੁਟ इसका साल दसना है दो हज़ार सॉरी दो हजार दो हजार चार उन्नीस सौ बानवे आंसर करो जी प्रश्न नंबर दे ले वेरी गुड नीतू जी ग्रेट एक्सट्रा फैक्ट थी देने की आदत पैगी ना वेरी गुड <coughs> ਔਰ ਐਕਚੁਅਲੀ ਗਲਾ ਬਹੁਤ ਤੰਗ ਕਰ ਰਿਆ ਨੀਤੂ ਜੀ ਕਿੰਨੇ ਦਿਨ ਹੋ ਗਏ ਨਾ ਕੀ ਕਰੀਏ ਚਲੋ ਛੇਵੇਂ ਦਾ ਆਨਸਰ ਸੀ ਔਰ ਬੀ ਦੋ ਆ ਰਹੇ ਆ ਤਾਂ ਪਿਲਗਰੀਮੇਜ ਟੂ ਹਿਮਕੁਂਡ ਇਹ ਹੈਗਾ 2002 ਐਂ ਦਾ ਸਾਲ ਅਸੀਂ ਕਿਵੇਂ ਯਾਦ ਰੱਖਾਂਗੇ ਐਂ ਦੇ ਵਿੱਚ ਆਇਆ ਪਿਲਗਰੀਮੇਜ ਟੂ ਹਿਮਕੁਂਡ ਟੂ ਨੂੰ ਅਗਰ ਅਸੀਂ T W O ਲਿਖਦੇ ਆ ਤਾਂ ਇਹ ਕੀ ਹੁੰਦਾ ਜੀ ਦੋ ਹੈ ਨਾ ਤਾਂ 2002 ਓਕੇ ਇਹ ਹੋ ਜਾਏਗਾ ਪਿਲਗਰੀਮੇਜ ਟੂ ਹਿਮਕੁਂਡ ਤਾਂ ਟੂ ਤੁਸੀਂ ਇਦਾਂ ਯਾਦ ਰੱਖ ਲੈਣਾ ਟੂ ਯਾਦ ਨਾ ਰੱਖਣਾ ਓਕੇ ਤਾਂ ਇਦਾਂ ਤੁਹਾਨੂੰ ਇਹਦਾ ਸਾਲ ਕਦੀ ਭੁੱਲੇਗਾ ਨਹੀਂ ਪਿਲਗ੍ਰਿਮੇਜ ਚੋਂ ਹੇਮਕੁੰਡ ਦਾ ਅੱਗੇ ਦੇਖਦੇ ਹਾਂ ਸੱਤਵਾਂ ਪ੍ਰਸ਼ਨ ਮੇਰੀ ਸਾਹਿਤਿਕ ਸਵੈ ਜੀਵਨੀ ਦਾ ਸਾਲ ਦੱਸਣਾ ਹੈ 1999 78 77 1992 ਪ੍ਰਸ਼ਨ ਨੰਬਰ 7 ਆਨਸਰ ਕਰੋ ਜ਼ਰਾ ਮੇਰੀ ਸਾਹਿਤਿਕ ਸਵੈ ਜੀਵਨੀ ਦਾ ਸਾਲ नीतू जी एक्चुअली अगे ना एस एस टी वाले बच्चे लाइन बना के खड़े हुए हैं कि मैम जल्दी जल्दी स्टार्ट करवाओ पंजाबी कदों खत्म होनी है पर हाले तो अपना आधुनिक का भी नहीं खत्म होया ओके हाँ डॉक्टर भी कह रहे हैं वैसे कि तक तो रैसट ही करनी पैनी है लंबा बट लंबी रैसट होती नहीं थैंक <laughs> यू मैं ट्राई करूँगी जरूर हाँ जी बिल्कुल जोड़ा आंसर तुम उन्नीस सौ बानवे दिता है वह आंसर बिल्कुल ठीक है देखो ਇਨਾਂ ਦੇ ਆਪਾਂ ਨਾ ਦੋ ਸਵੈ ਜੀਵਨੀਆਂ ਕਰ ਲਈਆਂ ਪਹਿਲੀ ਆ ਗਈ ਮੇਰੀ ਸਾਹਿਤਿਕ ਸਵੈ ਜੀਵਨੀ ਤਾਂ ਆਪਾਂ ਯਾਦ ਰੱਖਾਂਗੇ ਕਿ ਸਾਹਿਤਿਕ ਸਵੈ ਜੀਵਨੀ ਪਹਿਲਾਂ ਆਉਂਦੀ ਹੈ 1992 ਦੇ ਵਿੱਚ ਜਿਹੜੀ ਇਹਨਾਂ ਦੀ ਕੋਈ ਨਾਉ ਨਾ ਜਾਣੇ ਮੇਰਾ ਹੈਗੀ ਹੈ ਇਹ ਆਉਂਦੀ ਹੈ ਬਾਅਦ ਦੇ ਵਿੱਚ 8 ਸਾਲ ਬਾਅਦ ਮਤਲਬ 2000 ਦੇ ਵਿੱਚ ਠੀਕ ਹੈ ਤਾਂ ਅਗਰ ਤੁਹਾਨੂੰ ਪਹਿਲੇ ਤੇ ਬਾਅਦ ਦਾ ਹੀ ਯਾਦ ਆ ਨਾ ਤਾਂ ਵੀ ਤੁਹਾਨੂੰ ਕਾਫੀ ਹੱਦ ਤੱਕ ਸਾਲ ਯਾਦ ਹੋ ਜਾਂਦੇ ਨੇ ਜਦੋਂ ਵੀ ਇੱਕ ਪੇਪਰ ਸੈਟਰ ਪੇਪਰ ਸੈੱਟ ਕਰਦਾ ਹੈ ਨਾ ਅਗਰ ਉਹ ਤੁਹਾਡੇ ਕੋਲੋਂ ਸਾਲ ਪੁੱਛੇਗਾ ਸਵੈ ਜੀਵਨੀ ਦਾ ਤਾਂ ਉਹ ਇਹ ਵਾਲੇ 2 ਸਾਲ ਪੱਕਾ ਪਾਏਗਾ 92 ਵੀ ਤੇ 2000 ਵੀ ਤਾਂ ਕਿ ਸਵੈ ਜੀਵਨ ਦੇ ਵਿੱਚ ਹੀ ਹੋ ਸਕਦਾ ਬੱਚੇ ਕਨਫਿਊਜ਼ ਹੋਣ ਓਕੇ ਤਾਂ ਇਹ ਤੁਸੀਂ ਯਾਦ ਰੱਖ ਲੈਣਾ 92 ਵਾਲੀ ਸਾਹਿਤਿਕ ਸਵੈ ਜੀਵਨੀ ਪਹਿਲਾਂ ਆਏਗੀ ਮਤਲਬ ਸਾਹਿਤ ਇਹਨਾਂ ਦੇ ਜ਼ਿੰਦਗੀ ਚ ਪਹਿਲਾਂ ਆਇਆ ਪਰ ਫਿਰ ਵੀ 8 ਸਾਲ ਬਾਅਦ ਵੀ ਇਹਨਾਂ ਨੂੰ ਲੱਗਿਆ ਕਿ ਹਾਲੇ ਵੀ ਕੋਈ ਮੇਰਾ ਨਾਮ ਨਹੀਂ ਜਾਣਦਾ ਓਕੇ ਤਾਂ ਇਸ ਤਰ੍ਹਾਂ ਫਿਰ 2000 ਦੇ ਵਿੱਚ ਆ ਜਾਏਗੀ ਕੋਈ ਨਾ ਉਹ ਨਾ ਜਾਣੇ ਮੇਰਾ ਸਮਝ ਗਏ ਤੇ 1999 ਮੈਂ ਤੁਹਾਨੂੰ ਪਹਿਲਾਂ ਹੀ ਦੱਸ ਦਿੱਤਾ ਸੀਗਾ ਕਿ 83 ਉਹ 99 ਬਿਰਖੇ ਹੇਟ ਸਭਜੰਤ ਦਾ ਸਾਲ ਮੰਨਿਆ ਜਾਂਦਾ ਆ ਓਕੇ 1978 ਜਿਹੜਾ ਆ ਇਹ ਮੰਨਿਆ ਜਾਂਦਾ ਹੈ ਪ੍ਰਤਿਬਿੰਬਾਂ ਦੇ ਸਰੋਵਰ ਚੋਂ ਇਸ ਦਾ ਸਾਲ ਫਿਰ ਇਸ ਤੋਂ ਬਾਅਦ ਗੱਲ ਕਰਦੇ ਹਾਂ 1977 ਇਹ ਉਹੀ ਹੈ ਜਿਸ ਦੇ ਪੰਜ ਭਾਗ ਸੀਗੇ ਜਿਸ ਦੇ ਵਿੱਚ ਦੋ ਸੱਤ ਆਏ ਸੀ ਕਿਹੜਾ ਸੀ করুণਾ ਦੀ ਛੋਤੋਂ ਮਗਰੋਂ ਠੀਕ ਹੈ ਫਿਰ 1992 ਇਹ ਆਪਾਂ ਪਹਿਲਾਂ ਹੀ ਕਰ ਲਿਆ ਕਿ ਮੇਰੀ ਸਾਇਤਿਕ ਸਵੈ ਜੀਵਨੀ ਦਾ ਸਾਲ 1992 ਹੈ जी आगे चलिए हाँ जी बिल्कुल तुसी सही कह रहे हो आ, मतलब मैनू थोड़ा ब्रेक लेनी चाहिए है राइट चलो आगे चलते हैं नेक्स्ट क्वेश्चन देखदे हां आठवां प्रश्न है नेकी ने एहे मेरे संसे एहे मेरे गीत किस नु पेंट कीता भाई वीर सिंह जी डॉक्टर हरपजन सिंह डॉक्टर निर्मल सिंह या फिर जसवंत सिंह कमल आंसर करो जी प्रश्न नंबर 8 दे लिए <coughs> जी आठवें दे की आंसर होएगा शाबाश ਮੈਂ ਐਕਚੁਅਲੀ ਡਿਸੰਬਰ ਦੇ ਵਿੱਚ ਤੁਹਾਡਾ 5 ਡੇਜ਼ ਦਾ ਆਫ ਰੱਖਣਾ ਆਈ ਐਮ ਗੋਇੰਗ ਫॉर ਅ ਫੈਮਿਲੀ ਫੰਕਸ਼ਨ ਤਾਂ ਫਿਰ ਉਦੋਂ ਆਪਾਂ ਮੈਂ ਇਸ ਲਈ ਮੈਂ ਕਹਿੰਦੀ ਕਿ ਉਸ ਤੋਂ ਪਹਿਲਾਂ ਨਾ ਮੈਂ ਕੋਈ ਆਫ ਰੱਖਾਂ ਹਨਾ ਕਿਉਂਕਿ 5 ਡੇਜ਼ ਬਹੁਤ ਲੰਬਾ ਗੈਪ ਹੋਣ ਵਾਲਾ ਹੈ ਤੁਹਾਡਾ ਚਲੋ 8ਵੀਂ ਦੇ ਲਈ ਵੈਰੀ ਗੁੱਡ ਜਿਨ੍ਹਾਂ ਨੇ ਆਨਸਰ ਕੀਤਾ ਡਾਕਟਰ ਹਰਪਜਨ ਸਿੰਘ ਉਹ ਬਿਲਕੁਲ ਸਹੀ ਹੈ ਹੁਣ ਕਿਉਂਕਿ ਮੈਂ ਤੁਹਾਨੂੰ ਕਾਫੀ ਵਾਰ ਦੱਸ ਦਿੱਤਾ ਤਾਂ ਹੁਣ ਤੁਸੀਂ ਦੱਸ ਦੋਗੇ ਮੈਨੂੰ ਕਿ ਇਹੇ ਮੇਰੇ ਸੰਸੇ ਇਹੇ ਮੇਰੇ ਗੀਤ ਇਹਦਾ ਸਾਲ ਮੈਂ ਕੀ ਦੱਸਿਆ ਸੀ ਜੀ ਇਹ ਮੇਰੇ ਸੰਸੇ ਇਹ ਮੇਰੇ ਗੀਤ ਹੁਣ ਐਂਦੇ ਲਈ ਵੀ 2 ਸਾਲ ਇੰਪੋਰਟੈਂਟ ਹੈ ਮੈਨੂੰ ਲੱਗਦਾ ਮੈਂ ਤੁਹਾਨੂੰ ਦੱਸਿਆ ਨਹੀਂ ਐਂਦੇ ਵਿੱਚ ਕਿਤੇ ਕਿਤੇ ਤੁਹਾਨੂੰ ਇਸ ਦਾ ਸਾਲ ਮਿਲੇਗਾ 1957 ਪਰ ਕਿਤੇ ਕਿਤੇ ਬਿਲਕੁਲ ਹੀ ਉਲਟ 1965 ਵੀ ਮਿਲ ਜਾਂਦਾ ਹੈ ਵੈਸੇ ਤਾਂ ਐਦਾਂ ਦੇ ਜਿਹੜੇ ਕੁਐਸਚਨਸ ਹੁੰਦੇ ਆ ਨਾ ਇਹ ਜ਼ਿਆਦਾਤਰ ਤੁਹਾਡੇ ਕੋਲ ਪੁੱਛੇ ਨਹੀਂ ਜਾਂਦੇ ਬਿਕਾਜ਼ ਇਹ ਬੜੇ ਜ਼ਿਆਦਾ ਐਦਾਂ ਦੇ ਹੁੰਦੇ ਕਿ ਜਿੰਦੇ ਵਿੱਚ ਸਾਹਿਤਕਾਰਾਂ ਨੂੰ ਬੜੀ ਕਨਫਿਊਜ਼ਨ ਹੈ ਪਰ ਸਾਨੂੰ ਪਤਾ ਹੀ ਹੈ ਕਿ ਇਸ ਵਾਰੀ ਬੜਾ ਰਾਇਤਾ ਫੈਲਿਆ ਤੁਹਾਡੇ ਪੇਪਰ ਵਿੱਚ ਹੈ ਨਾ ਕੋਈ ਪਤਾ ਨਹੀਂ ਚੱਲ ਰਿਆ ਸੀ ਕਿਤਾਬਾਂ ਦੇ ਵਿੱਚ ਲਿਖਿਆ ਵੀ ਹੋਇਆ ਫਿਰ ਵੀ ਉਹਨਾਂ ਨੇ ਨਹੀਂ ਮੰਨਿਆ ਤਾਂ ਫਿਰ ਇਸ ਲਈ ਆਪਾਂ ਨੂੰ ਯਾਦ ਦੋਨੋਂ ਹੀ ਰੱਖਣੇ ਪੈਣੇ ਆ ਯਾਨੀ ਐਦਾਂ ਦੇ ਕੁਐਸਚਨਸ ਵੀ ਆਪਾਂ ਨੂੰ ਯਾਦ ਰੱਖਣੇ ਪੈਣਗੇ ਕਿ 57 ਤੇ 65 ਦੋ ਸਾਲ ਮਿਲਦੇ ਆ ਡਾਕਟਰ ਹਰਪਜਨ ਸਿੰਘ ਨੂੰ ਸਮਰਪਿਤ ਕੀਤੀ ਗਈ ਹੈ ਤੇ ਦੋਨੋਂ ਹੀ ਅਸੀਂ ਯਾਦ ਰੱਖ ਲੈਣੇ ਆ ਓਕੇ ਨੋਵਾਂ ਪ੍ਰਸ਼ਨ ਅਸੀਂ ਕਰ ਹੀ ਚੁੱਕੀਆਂ ਇਸ ਲਈ ਮੈਂ ਦੇ ਬਾਰੇ ਤੁਹਾਡਾ ਵੇਟ ਨਹੀਂ ਕਰੂੰਗੀ ਆਨਸਰ ਦਾ ਡਾਇਰੈਕਟ ਕੁਐਸਚਨ ਪੜ੍ਹਦੇ ਆ ਕਿ ਇਹਨਾਂ ਦੇ ਵਿੱਚੋਂ ਜਸਵੰਤ ਸਿੰਘ ਨੇ ਕੀ ਦੀ ਸਵੈ ਜੀਵਨੀ ਦੱਸਣੀ ਹੈ ਇੰਨੀ ਡਿਟੇਲ ਵਿੱਚ ਅਸੀਂ ਕਰ ਚੁੱਕੇ ਹਾਂ ਕਿ ਦੋਨੋਂ ਦੀਆਂ ਦੋਨੋਂ ਸਵੈ ਜੀਵਨੀਆਂ ਹੀ ਨੇ ਕੋਈ ਨਾਉ ਨਾ ਜਾਣੇ ਮੇਰਾ ਔਰ ਮੇਰੀ ਸਾਇਤਿਕ ਸਵੈ ਜੀਵਨੀ ਤਾਂ ਤੁਸੀਂ ਇੱਥੇ ਮੈਨੂੰ ਦੋ ਪ੍ਰਸ਼ਨਾਂ ਦੇ ਅਨਸਰ ਕਰ ਦਿਓ ਪਹਿਲਾਂ ਕਿਹੜੀ ਆਏਗੀ ਮੇਰੀ ਸਾਇਤਿਕ ਸਵੈ ਜੀਵਨੀ ਜਾਂ ਫਿਰ ਕੋਈ ਨਾਉ ਨਾ ਜਾਣੇ ਮੇਰਾ ਉਸ ਤੋਂ ਬਾਅਦ ਇਹਨਾਂ ਦੋਨਾਂ ਦਾ ਸਾਲ ਦੱਸ ਦਿਓ ਜਿਨ੍ਹਾਂ ਦੇ ਵਿੱਚ 8 ਸਾਲ ਦਾ ਗੈਪ ਹੋਏਗਾ ਠੀਕ ਹੈ ਇਹ ਦੋਨੋਂ ਦੇ ਦੋਨੋਂ ਕੁਐਸਚਨਸ ਦੇ ਅਨਸਰ ਫਟਾਫਟ ਕਰੋ ਹਾਂਜੀ ਪਹਿਲਾਂ ਕਿਹੜੀ ਆਈ ਸੀ ਤੇ ਉਸ ਤੋਂ ਬਾਅਦ ਦੋਨਾਂ ਦੇ ਸਾਲ ਵੀ ਦੱਸ ਦਿਓ ਗੈਪ ਦੇ ਨਾਲ जी आंसर बिल्कुल ठीक है नौवें का सी आंसर बिल्कुल ठीक है पर ये यह दोषंस आंसर करो वो ज़्यादा इंपॉर्टेंट है इस टाइम क्योंकि सूँ पता ही है राइट जी की उत्तर होगा फिर नौवे का वेरी गुड आजाद जी एबसोल्यूटली राइट right. नहीं 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 जी पहला आएगी मेरी साहित्यिक स्वयज ओके हाँ जी क्योंकि वो असी उन्नीस सौ बानवे ची ना ਵੈਰੀ ਗੁੱਡ ਸ਼ਾਬਾਸ਼ ਤੁਹਾਨੂੰ ਤਾਂ ਸਾਰਿਆਂ ਨੂੰ ਯਾਦ ਹੋ ਗਿਆ ਕੀ ਬਾਤ ਹੈ ਤੁਸੀਂ ਕਹਿੰਦੇ ਸਾਲ ਯਾਦ ਨਹੀਂ ਹੁੰਦੇ ਪਰ ਤੁਹਾਨੂੰ ਤਾਂ ਸਾਲ ਵੀ ਯਾਦ ਨੇ ਬਿਲਕੁਲ 2000 ਦੇ ਵਿੱਚ ਆਇਆ ਕੀ ਬਾਅਦ ਵਿੱਚ ਕੋਈ ਨਾ ਨਾਉ ਨਾ ਜਾਣੇ ਮੇਰਾ ਠੀਕ ਹੈ ਜੀ ਅੱਗੇ ਦੇਖਦੇ ਆ 10ਵਾਂ ਹੇਠਾਂ ਵਿੱਚੋਂ ਲੰਮੀ ਕਵਿਤਾ ਦੱਸੋ ਕਿਹੜੀ ਹੈ ਸਮ੍ਰਿਤੀ ਦੀ ਕਿਰਨ ਤੋਂ ਪਹਿਲਾਂ ਕਰੁਣਾ ਦੀ ਛੋਹ ਤੋਂ ਮਗਰੋਂ ਸੱਚ ਦਾ ਅਪਹਰਣ ਸਾਰੇ ਜਾਂ ਫਿਰ ਇੱਕ ਅਤੇ ਤਿੰਨ ਉੱਤਰ ਕਰੋ ਪ੍ਰਸ਼ਨ ਨੰਬਰ 10 ਦੇ ਲਈ ਤੁਹਾਡੀਆਂ ਦਿਸੰਬਰ ਦੇ ਵਿੱਚ 3 ਤਰੀਕ ਤੋਂ ਲੈ ਕੇ 8 ਤਰੀਕ ਤੱਕ ਕਲਾਸਿਸ ਨਹੀਂ ਹੋਣਗੀਆਂ। ਉਹਨਾਂ ਦਿਨਾਂ ਦੇ ਵਿੱਚ ਉਹਨੂੰ ਪੀਡ ਬੈਚ ਵੀ ਆਫ ਕਰਨਾ ਪਏਗਾ ਤੇ ਦੂਸਰਾ ਵੀ। ਤਾਂ ਇਸ ਲਈ ਤੁਸੀਂ ਉਸ ਤਰੀਕੇ ਨਾਲ ਆਪਣੀ ਪਲੈਨਿੰਗ ਕਰ ਲੈਣਾ ਕਿ ਉਹ 5 ਦਿਨ ਤੁਸੀਂ ਆਧੁਨਿਕ ਕਾ ਉਹ ਪੂਰਾ ਫਿਰ ਯਾਦ ਕਰ ਲੋਗੇ। ਠੀਕ ਹੈ? ਸੋ स्वीट ऑफ ਯੂ ਕਮੋਜੀ। ਓਕੇ 10ਵੇਂ ਦਾ ਆਨਸਰ ਡੀ ਆ ਗਿਆ ਆ। ਬਿਲਕੁਲ ਸਹੀ ਉੱਤਰ ਹੈ। ਇਹ ਸਾਰੀਆਂ ਦੀਆਂ ਸਾਰੀਆਂ ਰਚਨਾਵਾਂ ਇਹ ਤਾਂ ਸਾਨੂੰ ਪਤਾ ਹੀ ਹੈ ਨੇਕੀ ਦੀਆਂ। ਓਕੇ। ਤੇ ਕਿੰਧਾਂ ਦੀਆਂ ਹੈਗੀਆਂ ਸਾਰੀਆਂ ਦੀਆਂ ਸਾਰੀਆਂ ਹੀ ਲੰਮੀਆਂ ਕਵਿਤਾਵਾਂ ਨੇ ਠੀਕ ਹੈ ਜੀ ਤਾਂ ਹੁਣ ਇੱਥੇ ਆਪਾਂ ਲੰਮੀਆਂ ਕਵਿਤਾਵਾਂ ਨੂੰ ਕਿਵੇਂ ਯਾਦ ਰੱਖਾਂਗੇ ਕਿਨਾਂ ਇਹਨਾਂ ਨੇ ਪਹਿਲਾਂ ਔਰ ਮਗਰੋਂ ਇੱਕ ਲੰਮੀ ਕਵਿਤਾ ਲਿਖੀ ਜਿਸ ਦਾ ਨਾਮ ਸੀ ਸੱਚ ਦਾ ਅਪਹਰਨ ਹੈਨਾ ਇਸ ਤਰ੍ਹਾਂ ਕਰਕੇ ਕੁਝ ਯਾਦ ਰੱਖ ਲੈਣਾ ਮਤਲਬ ਐਦਾਂ ਹੀ ਹੈਗੀ ਤਾਂ ਬਚਕਾਨਾ ਜੀ ਇਹ ਵਾਲੀ ਟ੍ਰਿਕ ਬਟ ਕਈ ਵਾਰੀ ਉਸ ਟਾਈਮ ਦੇ ਉੱਪਰ ਯਾਦ ਆ ਜਾਂਦੀ ਹੈ ਐਟ ਲੀਸਟ ਮੇਰੀ ਆਵਾਜ਼ ਹੀ ਯਾਦ ਆ ਜਾਏਗੀ ਤਾਂ ਵੀ ਯਾਦ ਹੋ ਜਾਣਾ ਤਾਂ ਇਹ ਸਾਨੂੰ ਇਹਦੇ ਨਾਲ ਨਾ ਇੱਕ ਚੀਜ਼ ਨਹੀਂ ਪਤਾ ਚੱਲੀ ਲੰਮੀ ਕਵਿਤਾ ਦੀ ਸਾਨੂੰ ਤਿੰਨ ਰਚਨਾਵਾਂ ਵੀ ਪਤਾ ਚੱਲ ਗਈਆਂ ਕਿ ਇਹ ਕਿੰਨਾਂ ਦਿਆਂ ਲਿਖੀਆਂ ਹੋਈਆਂ ਨੇਕੀ ਦੀਆਂ ਓਕੇ ਸਮ੍ਰਿਤੀ ਦੀ ਕਿਰਨ ਤੋਂ ਪਹਿਲਾਂ ਕਰੁਣਾ ਦੀ ਛੋ ਤੋਂ ਮਗਰੂ ਔਰ ਸੱਚ ਦਾ ਅਪਹਰਨ ਇਹ ਸਾਰੀਆਂ ਹੀ ਆਣ ਗਈਆਂ ਲੰਮੀਆਂ ਕਵਿਤਾਵਾਂ ਠੀਕ ਜੀ ਅੱਗੇ ਦੇਖਦੇ ਹਾਂ ਪ੍ਰਸ਼ਨ ਨੰਬਰ 11 ਹਾਂ ਨਾਮ ਵੀ ਲੰਮੇ ਲੰਮੇ ਆ ਵੈਰੀ ਗੁੱਡ ਨੀਤੂ ਜੀ ਵਾਹ ਟ੍ਰਿਕਸ ਬਣਾਣੀ ਆ ਰਹੀਆਂ ਤੁਹਾਨੂੰ ਗੁੱਡ ਵਨ ਚਲੋ ਅੱਗੇ ਦੇਖਦੇ ਆ ਨੇਕੀ ਨੇ ਕਿਸ ਸੰਗ੍ਰਹਿ ਵਿੱਚ ਕੋਈ ਭੂਮਿਕਾ ਜਾਂ ਅੰਤਿਕਾ ਨਹੀਂ ਲਿਖੀ ਇਹ ਮੇਰੇ ਸੰਸੇ ਇਹ ਮੇਰੇ ਗੀਤ ਗੀਤ ਮੇਰਾ ਸੋਹਿਲਾ ਤੇਰਾ ਪ੍ਰਤੀਬਿੰਬ ਦੇ ਸਰੋਵਰ ਚੋਂ ਅਸਲੇ ਦੇ ਓਲੇ 11ਵੇਂ ਪ੍ਰਸ਼ਨ ਦੇ ਲਈ ਆਨਸਰ ਕਰੋ ਜੀ ਭੂਮਿਕਾ ਕਿਦੇ ਚ ਨਹੀਂ ਲਿਖੀ ਗਈ ਸ਼ਾਬਾਸ਼ ਹਾਂ ਇਹ ਹੈ ਇਹ ਮੇਰੇ ਸੰਸੇ ਇਹ ਮੇਰੇ ਗੀਤ ਤਾਂ ਇਹ ਕਹਿੰਦੇ ਦੇਖੋ ਜਿਹੜੀ ਮੈਂ ਤੁਹਾਨੂੰ ਰਚਨਾ ਦੇ ਰਿਹਾ ਐਂਡ ਵਿੱਚ ਮੇਰੇ ਦੁੱਖ ਹੈ ਮੇਰੇ ਹੀ ਸੰਸੇ ਹੈ ਮਤਲਬ ਮੇਰੇ ਹੀ ਕੁਐਸਚਨਸ ਹੈ ਤੇ ਮੇਰੇ ਗੀਤ ਹੈ ਤਾਂ ਫਿਰ ਮੈਂ ਆਪਦੇ ਹੀ ਚੀਜ਼ਾਂ ਨੂੰ ਦਿਖਾਣਾ ਹੈ ਤਾਂ ਮੈਨੂੰ ਭੂਮਿਕਾ ਦੀ ਕੋਈ ਲੋੜ ਨਹੀਂ ਹੈ ਸਾਰਾ ਕੁਝ ਤਾਂ ਮੇਰੇ ਨਾਲ ਰਿਲੇਟ ਕਰ ਰਿਹਾ ਤਾਂ ਐਦਾਂ ਯਾਦ ਰੱਖ ਲਓ ਕਿ ਇਹ ਮੇਰੇ ਸੰਸੇ ਇਹ ਮੇਰੇ ਗੀਤ ਦੇ ਵਿੱਚ ਇਹਨਾਂ ਨੇ ਕਿਹਾ ਕਿ ਮੈਂ ਆਪਦੇ ਬਾਰੇ ਬਹੁਤ ਕੁਝ ਲਿਖਤਾ ਹੁਣ ਮੈਨੂੰ ਭੂਮਿਕਾ ਲਿਖਣ ਦੀ ਲੋੜ ਨਹੀਂ ਹੈ ਰਾਈਟ ਜੇ ਪੜਨਾ ਤਾਂ ਅੰਦਰ ਜਾ ਕੇ ਪੜ ਲਓ ਓਕੇ 13ਵਾਂ ਦੇਖੋ ਨੇਕੀ ਨੂੰ ਕੇ ਸਿਰਚਨਾ ਦੇ ਲਈ ਸਾਹਿਤ ਅਕਾਦਮੀ ਅਵਾਰਡ ਮਿਲਿਆ ਇਹ ਮੇਰੇ ਸੰਸੇ ਇਹ ਮੇਰੇ ਗੀਤ ਪ੍ਰਤੀਬਿੰਬ ਦੇ ਸਰੋਵਰ ਚੋਂ ਕਰੁਣਾ ਦੀ ਛੋਹ ਤੋਂ ਮਗਰੋਂ ਜਾਂ ਫਿਰ ਇਹ ਸਾਰੇ ਪ੍ਰਸ਼ਨ ਨੰਬਰ 13 ਆਨਸਰ ਕਰੋ ਜੀ ਸਾਹਿਤ ਅਕਾਦਮੀ ਅਵਾਰਡ ਯੈਸ ਹਾਂਜੀ ਨਾ ਕੋਈ ਭੂਮਿਕਾ ਨਾ ਹੀ ਕੋਈ ਅੰਤਿਕਾ ਉਹ ਬੋਰ ਬਹੁਤ ਹੋ ਗਈ ਸੀ ਨਾ ਆਪਣੇ ਬਾਰੇ ਲਿਖ ਕੇ ਇਸ ਲਈ ਹਾਂ ਬਿਲਕੁਲ ਆਪਦੇ ਬਾਰੇ ਗੀਤ ਵੀ ਲਿਖਤੀ ਆ ਆਪਦੇ ਸਾਰੀਆਂ ਸ਼ੰਕਾਵਾਂ ਵੀ ਤੁਹਾਡੇ ਸਾਹਮਣੇ ਲਿਖਤੀਆਂ ਤਾਂ ਭੂਮਿਕਾ ਦੀ ਲੋੜ ਹੀ ਨਹੀਂ ਹੈ ਸਾਨੂੰ ਜੀ 13ਵਾਂ ਅਨਸਰ ਆ ਰਿਹਾ ਹੈ ਸੀ করুণਾ ਦੀ ਛੋ ਤੋਂ ਮਗਰੋਂ ਬਿਲਕੁਲ ਠੀਕ ਹੈ ਸਾਹਿਤ ਅਕਾਦਮੀ ਅਵਾਰਡ ਇਹ ਇਹਨਾਂ ਨੂੰ ਮਿਲਦਾ ਆ 1979 ਦੇ ਵਿੱਚ ਓਕੇ ਔਰ ਜਿਹੜੇ ਅਸੀਂ ਕਰਦੇ ਆ ਨਾ ਇਹ ਮੇਰੇ ਸੰਸੇ ਇਹ ਮੇਰੇ ਗੀਤ ਇਹਨੂੰ 1957 ਦੇ ਵਿੱਚ ਸਾਡੀ ਪੰਜਾਬ ਗਵਰਨਮੈਂਟ ਨੇ ਸਨਮਾਨਿਤ ਕੀਤਾ ਸੀ ਤਾਂ ਇਹ ਤੁਸੀਂ ਦੋ ਸਨਮਾਨ ਯਾਦ ਰੱਖ ਸਕਦੇ ਹੋ ਓਕੇ ਅੱਗੇ ਇਹਨਾਂ ਨੇ ਮੈਂ ਇੱਕ ਹੋਰ ਤੁਹਾਨੂੰ ਦਿੱਤਾ ਹੈ ਪ੍ਰਤੀਬਿੰਬਾਂ ਦੇ ਸਰੋਵਰ ਚੋਂ ਏ 1981 ਦੇ ਵਿੱਚ ਇਹਦੇ ਲਈ ਵੀ ਇਹਨਾਂ ਨੂੰ ਇਨਾਮ ਮਿਲਿਆ ਆ ਓਕੇ ਇਨਾਮ ਕਿਹੜਾ ਮਿਲਿਆ ਭਾਸ਼ਾ ਵਿਭਾਗ ਪੰਜਾਬ ਦਾ ਹਾਂਜੀ ਮੈਨੂੰ ਵੀ ਲੱਗਦਾ ਹੈ ਸ਼ਾਇਦ ਇੱਕ ਨੰਬਰ ਮਿਸ ਹੋ ਗਿਆ ਹੈ ਨਾ ਚਲੋ 14ਵਾਂ ਦੇਖੀਏ ਕਿਹੜੀ ਯੂਨੀਵਰਸਿਟੀ ਨੇ ਨੇਕੀ ਨੂੰ ਪੀ ਐਚ ਡੀ ਆਨਰ ਨਾਲ ਨਿਵਾਜ਼ਿਆ ਪੰਜਾਬ ਯੂਨੀਵਰਸਿਟੀ ਪੰਜਾਬੀ ਯੂਨੀਵਰਸਿਟੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਕੋਈ ਨਹੀਂ ਜੀ का आंसर करो प्लीज पी एच डी डिग्री की डिग्री यूनिवर्सिटी ने दी <coughs> बिल्कुल उन्नीस सौ इक्यासी भाषा विभाग आजाद जी बिल्कुल सही चौदवें का आंसर लिखा सीआर बिल्कुल ठीक है गुरु नानक देव यूनिवर्सिटी ਭਾਈ ਜਦੋਂ ਤੁਸੀਂ ਪੰਜਾਬੀ ਦਾ ਕੋਈ ਵੀ ਸਾਹਿਤਕਾਰ ਪੜ੍ਹ ਰਹੇ ਹੋ ਬਸ ਆ ਦੋ ਯੂਨੀਵਰਸਿਟੀਆਂ ਤੁਹਾਡੇ ਦਿਮਾਗ ਦੇ ਵਿੱਚ ਛਪੀਆਂ ਹੋਣੀਆਂ ਚਾਹੀਦੀਆਂ ਪਹਿਲੀ ਹੈਗੀ ਹੈ ਜੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੂਸਰੀ ਹੈਗੀ ਹੈ ਗੁਰੂ ਨਾਨਕ ਦੇਵ ਯੂਨੀਵਰਸਿਟੀ ਓਕੇ ਇਹ ਦੋਨੋਂ ਹੀ ਹੈਗੇ ਆ ਕਿਤਾਬਾਂ ਨੂੰ ਛਾਪਦੇ ਆ ਇਹ ਦੋਨੋਂ ਹੀ ਹੈਗੇ ਆ ਸਾਰੇ ਸੰਕਲਿਤ ਕਰਕੇ ਸੰਗ੍ਰਹਿ ਛਾਪਦੇ ਆ ਸੰਪਾਦਿਤ ਕਰਦੇ ਆ ਇਹੀ ਲਾਈਕ ਆਨਰਜ਼ ਦੀਆਂ ਡਿਗਰੀਆਂ ਦਿੰਦੇ ਆ ਇਹੀ ਅਵਾਰਡਸ ਸਨਮਾਨਿਤ ਕਰਦੇ ਆ ਇਹੀ ਸਾਲਾਨਾ ਸਮਾਗਮ ਕਰਦੇ ਆ ਬਸ ਇਹ ਦੋ ਯੂਨੀਵਰਸਿਟੀਆਂ ਵਾਰ-ਵਾਰ ਦਿਮਾਗ ਚ ਰਹਿਣੀਆਂ ਚਾਹੀਦੀਆਂ ਕਾ 50 50 ਵਾਲੀ অপਸ਼ਨ ਆ ਜਾਏਗੀ ਕੇਬੀਸੀ ਵਾਲੀ ਹੈਨਾ ਕੌਣ ਬਨੇਗਾ ਕਰੋੜਪਤੀ ਵਾਲੀ ਤਾਂ ਐਟ ਲੀਸਟ ਸਾਡੇ ਫਿਰ ਠੀਕ ਹੁੰਦੇ ਚਾਂਸਸ 50 50 ਹੋ ਜਾਂਦੇ ਨੇ ਬਾਕੀ 50 ਨੂੰ ਪਹਿਲਾਂ ਹੀ ਤੁਸੀਂ ਡਿਸਕਾਰਡ ਕਰ ਸਕਦੇ ਹੋ ਅਗਰ ਸਪੈਸੀਫਿਕ ਤੁਹਾਨੂੰ ਨਹੀਂ ਪਤਾ ਤਾਂ 올 ਰਾਈਟ ਠੀਕ ਹੈ ਜੀ ਤਾਂ ਇੱਥੇ ਸਾਡਾ ਹੋ ਗਿਆ ਜੀ ਖਤਮ ਅੱਜ ਦਾ ਸੈਸ਼ਨ ਜਿਸ ਦੇ ਵਿੱਚ ਅਸੀਂ ਨੀਕੀ ਨੂੰ ਕਰ ਚੁੱਕਿਆ ਕਵਰ ਕੱਲ ਹੁਣ ਸਾਡਾ ਅਗਲਾ ਟਾਪਿਕ ਆ ਜਾਊਗਾ ਓਕੇ ਤਾਂ ਮੈਂ ਤੁਹਾਨੂੰ ਫਿਰ ਦੱਸ ਦਿੱਤਾ 3 ਤਰੀਕ ਤੋਂ ਲੈ ਕੇ 8 ਦਸੰਬਰ ਤੱਕ ਤੁਹਾਨੂੰ ਛੁੱਟੀਆਂ ਹੋਣਗੀਆਂ ਤੇ ਉਸ ਟੈਨ ਦੇ ਵਿੱਚ ਤੁਸੀਂ ਫਿਰ ਆਪਣਾ ਸਾਰਾ ਦਾ ਸਾਰਾ ਸਿਲੇਬਸ ਕੰਪਲੀਟ ਕਰਨ ਵਾਲੇ ਹੋ ਓਕੇ ਹਾਂ ਉਹਦੇ ਵਿੱਚ ਐਗਜੈਕਟਲੀ ਬਿਲਕੁਲ 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 ਸਹੀ ਕਿਹਾ ਜ਼ਿਆਦਾਤਰ ਤੁਹਾਨੂੰ ਮਿਲਦੇ ਹੀ ਆ ਹੀ ਹੈ ਪੰਜਾਬੀ ਯੂਨੀਵਰਸਿਟੀ ਜਾਂ ਫਿਰ ਜੀਐਨਡੀਯੂ ਬਸ ਪੰਜਾਬੀ ਯੂਨੀਵਰਸਿਟੀ ਫਿਰ ਵੀ ਬਹੁਤ ਘੱਟ ਆਉਂਦਾ ਹੈ ਜੀਐਨਡੀਯੂ ਤਾਂ ਹਰ ਜਗ੍ਹਾ ਦੇ ਉੱਪਰ ਹੀ ਆ ਹਰ ਜਗ੍ਹਾ ਦੇ ਉੱਪਰ ਐਨ ਤੇ ਨਾਟਕ ਐਂਤੇ ਨਹੀਂ ਕੀ ਆਹਾ ਆਲ ਰਾਈਟ ਚੱਲ ਠੀਕ ਹੈ ਸੈਸ਼ਨ ਸ਼ੇਅਰ ਕਰ ਦਿਆ ਕਰੋ ਓਕੇ ਚਲੋ ਕੱਲ ਮਿਲਦੇ ਆ ਫਿਰ ਅਸੀਂ ਸੇਮ ਟਾਈਮ ਦੇ ਉੱਪਰ ਯਾਨੀ ਕਿ 8 ਵਜੇ ਥੈਂਕ ਯੂ so much have a good day take care bye bye <coughs>